ਤੁਸੀਂ ਦੇਖ ਸਕਦੇ ਹੋ ਕਿਸਾਨਾਂ ਨੇ ਖਨੌਰੀ ਬਾਰਡਰ ਦੇ ਉੱਤੇ ਪੱਕੇ ਧਰਨੇ ਪੱਕੇ ਘਰ ਬਣਾ ਲਏ ਹਨ। ਇਹਨਾਂ ਨੇ ਇੱਥੇ ਹੀ ਏਸੀ ਕੂਲਰ ਅਤੇ ਪੱਖਿਆਂ ਦਾ ਪ੍ਰਬੰਧ ਕਰ ਲਿਆ ਹੈ ਤਾਂ ਕਿ ਇਹ ਆਪਣਾ ਰਹਿਣ ਬਸੇਰਾ ਚੰਗੀ ਤਰੀਕੇ ਨਾਲ ਕਰ ਸਕਣ, ਪਰ ਇਹਨਾਂ ਨੂੰ ਸਰਕਾਰ ਦੇ ਅੱਗੇ ਝੁਕਣਾ ਮਨਜ਼ੂਰ ਨਹੀਂ ਹੈ। ਇਸ ਕਰਕੇ ਇਹਨਾਂ ਨੇ ਵਾਪਸੀ ਕਰਨ ਦੀ ਬਜਾਏ ਇੱਥੇ ਹੀ ਆਪਣੇ ਡੇਰੇ ਲਾ ਲਏ ਹਨ ਅਤੇ ਸਰਕਾਰ ਨੂੰ ਮਨਾਉਣ ਦੇ ਵਿੱਚ ਪੂਰੀ ਜਿਦੋ ਜਹਿਰ ਦੇ ਵਿੱਚ ਹਨ। ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜ਼ਿਆਦਾ ਲੰਬੀ ਕਤਾਰ ਦੇ ਵਿੱਚ ਆਪਣੇ ਆਪਣੇ ਇਹਨਾਂ ਨੇ ਰਹਿਣ ਬਸੇਰੇ ਬਣਾਏ ਹੋਏ ਹਨ ਅਤੇ ਇੱਥੇ ਹੀ ਇਹਨਾਂ ਨੂੰ ਸਾਰੀਆਂ ਸੁਵਿਧਾਵਾਂ ਪ੍ਰਦਾਨ ਹਨ। ਬਹੁਤ ਹੀ ਜ਼ਿਆਦਾ ਦੇਖ ਸਕਦੇ ਹੋ ਤੁਸੀਂ ਖਨੌਰੀ ਬਾਰਡਰ ਦੇ ਉੱਤੇ ਇਸ ਦ੍ਰਿਸ਼ ਨੂੰ ਮਾਣ ਸਕਦੇ ਹੋ। ਇਹਨਾਂ ਨੂੰ ਦੇਖਣ ਵਾਸਤੇ ਬਹੁਤ ਹੀ ਦੂਰੋਂ ਦੂਰੋਂ ਲੋਕ ਨੇ ਜਿਹੜੇ ਦੇਖਣ ਆਉਂਦੇ ਹਨ ਔਰ ਇਹਨਾਂ ਨੂੰ ਪੂਰੇ ਤਰੀਕੇ ਨਾਲ ਸਹਿਯੋਗ ਦਿੰਦੇ ਹਨ। ਇਹ ਆਪਣੇ ਆਪਣੀਆਂ ਅਲੱਗ ਅਲੱਗ ਪਿੰਡਾਂ ਦੇ ਵਿੱਚੋਂ ਅਤੇ ਅਲੱਗ ਅਲੱਗ ਤਰ੍ਹਾਂ ਦੇ ਇਨਸਾਨ ਆਉਂਦੇ ਨੇ ਅਤੇ ਆਪਣੀਆਂ ਜਿਹੜੀਆਂ ਡਿਊਟੀ ਹੈ ਇੱਥੇ ਵਾਰੀ ਵਾਰੀ ਨਿਭਾਉਂਦੇ ਹਨ। ਇਹਨਾਂ ਨੇ ਮੀਂਹ ਕਣੀ ਤੋਂ ਬਚਣ ਵਾਸਤੇ, ਮੱਛਰ ਤੋਂ ਬਚਣ ਵਾਸਤੇ, ਹਨੇਰੀਆਂ ਤੋਂ ਬਚਣ ਵਾਸਤੇ ਆਪਣੇ ਇੱਥੇ ਪੱਕੇ ਪ੍ਰਬੰਧ ਕਰਦੇ ਹਨ। ਸਰਕਾਰ ਭੁੱਲ ਚੁੱਕੀ ਹੈ ਕਿ ਇਹਨਾਂ ਨੇ ਕਿਸ ਕੌਮ ਨਾਲ ਮੱਥਾ ਲਾਇਆ ਹੈ। ਇਹ ਕਦੇ ਵੀ ਨਹੀਂ ਹਾਰੇ ਅਤੇ ਇਹ ਕਦੇ ਵੀ ਕਿਸੇ ਅੱਗੇ ਨਹੀਂ ਝੁਕੇ। ਪਹਿਲਾਂ ਇਹਨਾਂ ਨੇ ਝੂਠੇ ਵਾਅਦੇ ਸਰਕਾਰ ਨੇ ਕਰਕੇ ਇਹਨਾਂ ਨੂੰ ਦਿੱਲੀ ਤੋਂ ਵਾਪਸ ਭੇਜ ਦਿੱਤਾ ਸੀਗਾ ਅਤੇ ਇਹ ਖੁਸ਼ੀ ਖੁਸ਼ੀ ਆਪਣੇ ਘਰ ਵਾਪਸ ਆਏ ਸਨ ਕਿਉਂਕਿ ਇਹਨਾਂ ਨੂੰ ਇਹ ਯਕੀਨ ਦਿਵਾਇਆ ਸੀ ਕਿ ਇਹ ਸਰਕਾਰ ਇਹਨਾਂ ਦੇ ਹੱਕ ਵਿੱਚ ਆ ਖੜੀ ਹੈ। ਪਰ ਬਾਅਦ ਵਿੱਚ ਸਰਕਾਰ ਆਪਣੇ ਵਾਅਦਿਆਂ ਤੋਂ ਇਨਕਾਰ ਕਰਦੀ ਹੋਈ ਨਜ਼ਰ ਆਈ। ਇਸ ਕਰਕੇ ਫਿਰ ਤੋਂ ਕਿਸਾਨਾਂ ਨੇ ਇਸ ਧਰਨੇ ਨੂੰ ਚਲਾਇਆ। ਹੁਣ ਦੇਖਦੇ ਹਾਂ ਸਰਕਾਰ ਹੈ ਕਿੰਨੇ ਟਾਈਮ ਤੱਕ ਇਹਨਾਂ ਦੀਆਂ ਜਿਹੜੀਆਂ ਸ਼ਰਤਾਂ ਨੇ ਮਨਜ਼ੂਰ ਨਹੀਂ ਕਰਦੀ ਅਤੇ ਕਿੰਨੇ ਟਾਈਮ ਤੱਕ ਇਹ ਇੱਥੇ ਆਪਣਾ ਜਿਹੜਾ ਘਰ ਹੈ ਬਣਾਈ ਰੱਖਣਗੇ। ਅਲੱਗ ਅਲੱਗ ਪਿੰਡਾਂ ਤੋਂ ਬਹੁਤ ਹੀ ਦੂਰੋਂ ਦੂਰੋਂ ਫਿਰੋਜ਼ਪੁਰ ਤੱਕ ਬਹੁਤ ਦੂਰੋਂ ਦੂਰੋਂ ਇੱਥੇ ਆ ਕੇ, ਸਿੱਧੂਪੁਰ ਪਿੰਡ ਦੇਖੋ ਇੱਥੇ ਆ ਕੇ ਬੈਠਾ ਹੋਇਆ, ਹੋਰ ਵੀ ਬੜੇ ਬੜੇ ਪਿੰਡ ਨੇ ਜਿਹੜੇ ਇੱਥੇ ਆ ਕੇ ਬੈਠੇ ਹੋਏ ਨੇ। ਇਹ ਉਹ ਬਾਰਡਰ ਹੈ ਜਿੱਥੇ ਸ਼ੁਭਪ੍ਰੀਤ ਮੁੰਡਾ ਸੀਗਾ ਜਿਹੜਾ ਉਸਨੂੰ ਗੋਲੀ ਲੱਗਣ ਨਾਲ ਜਿਸਦੀ ਮੌਤ ਹੋ ਗਈ ਸੀ, ਜਿਹੜਾ ਕਿ ਪਰਿਵਾਰ ਦੇ ਵਿੱਚ ਇਕਲੌਤਾ ਵਾਰਿਸ ਸੀਗੀ ਵਾਰਿਸ ਸੀਗਾ, ਦੋ ਭੈਣਾਂ ਦਾ ਇੱਕ ਭਾਈ ਸੀ, ਉਹ ਇੱਥੇ ਹੀ ਸ਼ਹੀਦ ਹੋਇਆ ਸੀ ਜੋ ਕਿ ਬਹੁਤ ਹੀ ਜ਼ਿਆਦਾ ਗਲਤ ਗੱਲ ਹੈ। ਦੇਖੋ ਤੁਸੀਂ ਆਪ ਦੇਖ ਸਕਦੇ ਹੋ ਕਿ ਬਹੁਤ ਹੀ ਲੰਬੀ ਕਤਾਰ ਹੈ। ਬਜ਼ੁਰਗ ਨੇ ਜਿਹੜੇ ਉਹ ਆਪਣੇ ਧਰਨੇ ਦੇ ਉੱਪਰ ਡਿਊਟੀਆਂ ਨਿਭਾ ਰਹੇ ਨੇ। ਦੇਖ ਸਕਦੇ ਹੋ ਇਹ ਆਪਣੀ ਆਪਣੀ ਢਾਣੀਆਂ ਬਣਾ ਕੇ ਆਪਣੇ ਆਪਣੇ ਤਰੀਕੇ ਨਾਲ ਇਹ ਬੈਠੇ ਹੋਏ ਹਨ। ਇੱਥੇ ਅਤੁੱਟ ਲੰਗਰ ਵਰਤਦਾ ਹੈ। ਇੱਥੇ ਰਹਿੰਦੇ ਕਿਸਾਨਾਂ ਨੂੰ ਖਾਣ ਪੀਣ ਵੱਲੋਂ, ਪਾਣੀ ਵੱਲੋਂ ਕਿਸੇ ਵੀ ਤਰੀਕੇ ਦੀ ਕੋਈ ਵੀ ਦਿੱਕਤ ਤਕਰੀਬਨ ਨਹੀਂ ਆ ਰਹੀ। ਅਗਰ ਮੇਰੇ ਅਕੋਰਡਿੰਗ ਦਿੱਕਤ ਆ ਰਹੀ ਹੈ ਤਾਂ ਉਹ ਸਿਰਫ ਆ ਰਹੀ ਹੈ ਇੱਕ ਬਿਜਲੀ ਦੀ, ਔਰ ਅੱਗੋਂ ਜਿਹੜੀ ਗਰਮੀ ਦਾ ਮੌਸਮ ਹੈ ਵੱਧ ਰਿਹਾ, ਥੋੜ੍ਹੀ ਜਿਹੀ ਦਿੱਕਤ ਉਹਨਾਂ ਨੂੰ ਉਦੋਂ ਆਏਗੀ। ਬਾਕੀ ਨੇੜਲੇ ਪਿੰਡਾਂ ਦਾ
ਤੇ ਨੇੜਲੇ ਕਿਸਾਨਾਂ ਦਾ ਇਹਨਾਂ ਭਰਾਵਾਂ ਨੂੰ ਬਹੁਤ ਹੀ ਜ਼ਿਆਦਾ ਸਹਿਯੋਗ ਹੈ। ਇੱਥੇ ਅਲੱਗ ਅਲੱਗ ਪਿੰਡਾਂ ਤੋਂ ਬਹੁਤ ਹੀ ਦੂਰ ਦੁਰਾਡੇ ਤੋਂ ਆਪਣੇ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਇੱਥੇ ਇਹ ਲੋਕ ਪਹੁੰਚੇ ਹਨ। ਪਿੱਛੇ ਜਿਹੜੀ ਘਟਨਾ ਹੋਈ ਸੀ, ਜਿਹੜਾ ਮੁੰਡੇ ਨੂੰ ਕਿ ਗੋਲੀ ਲੱਗ ਗਈ ਸੀ, ਉਦੋਂ ਕਾਫੀ ਜ਼ਿਆਦਾ ਚੀਜ਼ਾਂ ਨੇ ਜਿਹੜੀਆਂ ਇੱਥੇ ਸੜ ਕੇ ਸਵਾਹ ਹੋਈਆਂ ਸੀਗੀਆਂ। ਕਈ ਟਰੈਕਟਰ ਸੀਗੇ ਉਹ ਖਰਾਬ ਹੋਏ ਸੀਗੇ, ਇੱਕ ਗੱਡੀ ਸੀਗੀ ਅਤੇ ਕਾਫੀ ਲੋਕ ਵੀ ਸੀਗੇ ਜਿਹੜੇ ਜ਼ਖਮੀ ਹੋਏ ਸੀਗੇ, ਅਤੇ ਆਲੇ ਦੁਆਲੇ ਜਿਹੜੇ ਲੋਕਾਂ ਦੇ ਖੇਤ ਸੀਗੇ ਉਹ ਵੀ ਜਿਹੜੇ ਨੇ ਕਿ ਨਸ਼ਟ ਹੋਏ ਸੀਗੇ। ਦੇਖੋ ਇੰਨੀ ਲੰਬੀ ਲਾਈਨ ਸੀ, ਇਸ ਤੋਂ ਅੱਗੇ ਵੀ ਲਾਈਨ ਹੈ, ਬਟ ਅੱਗੇ ਅਸੀਂ ਆਪਣੇ ਘਰ ਵੱਲ ਨੂੰ ਟਰਨ ਕਰਕੇ ਹਾਂ। ਥੈਂਕ ਯੂ ਸੋ ਮੱਚ।